तो आया मुझे याद गली में। मैडम ओ पाड़ी टोला पट्टा काम बंद कर मैडम जी। आने गुड मॉर्निंग मैम। कैदियों नाल गल करन दा ए तरीका? नहीं मैम जी, कैदियों नूं तां असीं पूरियां सहूलतां दई दियां, नाले अपने जदों होण ते अपने वर्गियां सहूलतां दई दियां। अपने कदों बेगाने बन जांदे पता वी नहीं लगदा। ਤੁਹਾਡਾ ਸਟਾਫ ਕਿੱਥੇ? ਇੱਥੇ ਹੈ ਮੈਮ, ਮੈਂ ਬੁਲਾਉਣਾ। ਦਿਲਬਾਗ ਉਹ ਮੇਰੇ ਹੋਣਹਾਰ ਅਫਸਰੋ ਆ ਜਾਓ। ਪੈਰੀ ਪੈਣਾ ਮੈਡਮ ਜੀ, 5 ਸਾਲ ਛੋਟੀ ਹੋਣੀ ਹੈ ਮੈਂ ਤੇਰੇ ਤੋਂ। 2478 ਚੱਲ ਜਾ, ਜਾ ਕੇ ਖੜ ਜਾ ਉੱਥੇ। ਇਹ ਨੇ ਜੀ ਸਾਡੇ ਹੋਣਹਾਰ ਅਫਸਰ। ਉਹ ਤਾਂ ਦੇਖ ਹੀ ਰਹੇ। ਤੇਰਾ ਕਿਉਂ ਰੰਗ ਉੱਡਿਆ ਹੋਇਆ? ਜਦ ਤੱਕ ਫੋਨ ਨਹੀਂ ਆ ਜਾਂਦਾ ਰੰਗ ਤਾਂ ਉੱਡੀ ਰਹਿਣਾ ਮੈਮ। ਮਤਲਬ? ਮਤਲਬ ਇਹ ਸਪੋਰਟਸਮੈਨ ਹੈ ਜੀ, ਤੇ ਸਪੋਰਟਸ ਡਿਪਾਰਟਮੈਂਟ 'ਚ ਸਿਲੈਕਸ਼ਨ ਦਾ ਫੋਨ ਆਉਣਾ ਸੀ ਤੇ। ਕਿਹੜੀ ਸਪੋਰਟਸ? ਇਹ ਪਬਜੀ ਰੱਬ ਜੀ ਕਰਾਟੇ ਜੀ ਚਿੰਗ ਚੈਂਗ। ਬਸ ਬਸ ਲੱਗ ਗਿਆ ਪਤਾ। ਮੈਮ ਜੀ ਇੱਥੇ ਧੁੱਪੇ ਕੀ ਖੜਨਾ, ਆਪਾਂ ਅੰਦਰ ਜਾ ਕੇ ਸਾਰੀਆਂ ਗੱਲਾਂ ਕਰ ਲੈਂਦੇ ਹਾਂ, ਪਲੀਜ਼ ਸਾਹਿਬ। ਚਲੋ ਹਾਂਜੀ। ਸਾਲਿਓ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ, ਇੱਥੇ ਖਲੋ, ਮੈਂ ਤੁਹਾਡੇ ਨਾਲ ਆ ਕੇ ਗੱਲ ਕਰਦਾ ਹਾਂ। ਗੁਰਤੇਜ ਸਿੰਘ ਤੇ ਕੰਮ ਹੀ ਪੁੱਠਾ ਪੈ ਗਿਆ। ਬੜੇ ਸੌਖੇ ਆ ਜੀ, ਐਵੇਂ ਕਰਕੇ ਰੱਸੀ ਬੰਨੋ ਤੇ ਇੱਦਾਂ ਕਰਕੇ ਟੰਗ ਦਿਓ। ਉਹ ਮੂਰਖ ਇਨਸਾਨ, ਤੈਨੂੰ ਕੇਲਿਆਂ ਦਾ ਰੇਟ ਪੁੱਛਿਆ ਮੈਂ? ਅੱਛਾ, ਉਹ ਨਹੀਂ ਪਤਾ ਮੈਨੂੰ। ਤੁਹਾਡੇ ਲੋਕਾਂ ਦੀ ਵੈਸੇ ਹੱਦ ਹੀ ਹੋਈ ਪਈ ਆ, ਰੇੜੀਆਂ ਤੁਸੀਂ ਲਾ ਲੈਂਦੇ, ਰੇਟ ਤੁਹਾਨੂੰ ਯਾਦ ਨਹੀਂ ਰਹਿੰਦੇ। ਘੱਟ ਭੁੱਕੀ ਡੱਫ ਲਿਆ ਕਰੋ। ਪਹਿਲੀ ਗੱਲ ਤੇ ਕਿ ਮੇਰੀ ਰੇੜੀ ਨਹੀਂ ਹੈ, ਤੇ ਦੂਜੀ ਗੱਲ ਮੈਂ ਕੋਈ ਭੁੱਕੀ ਨਹੀਂ ਡੱਫਦਾ। ਭੁੱਕੀ ਨਹੀਂ ਖਾਂਦਾ ਹੋਏਗਾ ਤਾਂ ਫੀਮ ਖਾਂਦਾ ਹੋਏਗਾ। ਮੈਡਮ ਮੈਂ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਤੁਸੀਂ ਕੁਛ ਵੀ ਬੋਲੀ ਜਾਓਗੇ। ਦੇਖ ਮੈਂ ਵੀ ਤੇਰੇ ਨਾਲ ਤਮੀਜ਼ ਨਾਲ ਗੱਲ ਕਰ ਰਹੀ ਹਾਂ, ਵਰਨਾ ਤੇਰੇ ਵਰਗੇ ਤਾਂ ਮੈਂ ਚਪੇੜਾ ਮਾਰੂੰ। ਅੱਛਾ, ਐਵੇਂ ਕਿੱਦਾਂ ਚਪੇੜਾ ਵੱਜਣਗੀਆਂ? ਕੀ ਹੋ ਗਿਆ? ਮੈਂ ਤੁਹਾਡੀ ਦੁਕਾਨ ਤੇ ਕੇਲੇ ਲੈਣ ਆਈ ਸੀ। ਕਿਹੋ ਜਿਹਾ ਨੌਕਰ ਰੱਖਿਆ ਤੁਸੀਂ? ਇਹ ਤਾਂ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ। ਇਹ ਤਾਂ ਨਹੀਂ ਹੋਣਾ, ਇਹਨੂੰ ਕੱਢੋ ਬਾਹਰ। ਉਹ ਮੈਨੂੰ ਪਤਾ ਸੀ ਭਰਾਵਾ ਤੂੰ ਮੇਰਾ ਕੰਮ ਖਰਾਬ ਕਰੇਗਾ। ਉਹ ਭਾਜੀ ਪਹਿਲਾਂ ਮੈਂ ਸਾਰਾ ਦਿਨ ਤੁਹਾਡੀ ਦੁਕਾਨ ਦੀ ਰਖਵਾਲੀ ਕੀਤੀ, ਉੱਤੋਂ ਤੁਸੀਂ ਮੇਰੇ ਤੇ ਹੀ। ਕੀ ਤੇਰੇ ਤੇ ਓਏ? ਬਸ ਕਰ ਭਾਈ, ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ, ਮੈਨੂੰ ਹੋਰ ਦੁਖੀ ਨਾ ਕਰ। ਤੇ ਮੈਡਮ ਜੀ ਜੇ ਤੁਸੀਂ ਨਹੀਂ ਕੁਝ ਲੈਣਾ ਤਾਂ ਇੱਥੇ ਖੜ ਕੇ ਕਲੇਸ਼ ਨਾ ਕਰੋ। ਭਾਜੀ ਕੀ ਹੋ ਗਿਆ, ਤੁਸੀਂ ਠੀਕ ਹੋ? ਉਹ ਭਾਈ ਕੀ ਦੱਸਾਂ ਯਾਰ, ਆ ਸਕੂਲ ਵਾਲਾ ਨੇ ਦੁਖੀ ਕੀਤਾ ਪਿਆ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਧੁੱਪ 'ਚ ਖੜ ਖੜ ਕੇ ਬੱਚਿਆਂ ਲਈ ਫੀਸ ਜਮ੍ਹਾਂ ਕਰਦਾ ਤਾਂ ਕਿ ਉਹਨਾਂ ਦਾ ਭਵਿੱਖ ਸੰਵਾਰ ਸਕਾਂ, ਅਤੇ ਸਕੂਲ ਵਾਲੇ ਇੱਕ ਹਫ਼ਤਾ ਫੀਸ ਲੇਟ ਹੋ ਜਾਣ 'ਤੇ ਪੂਰੇ ਸਕੂਲ 'ਚ ਬੱਚਿਆਂ ਨੂੰ ਜਲੀਲ ਕਰ ਦਿੰਦੇ। ਬੱਚੇ ਕਹਿੰਦੇ ਨੇ ਹੁਣ ਸਰਕਾਰੀ ਸਕੂਲ 'ਚ ਸਾਨੂੰ ਪੜ੍ਹਾ ਲਓ, ਇਹਨਾਂ ਅਮੀਰ ਲੋਕਾਂ ਦੇ ਸਾਹਮਣੇ ਸਾਨੂੰ ਬਹੁਤ ਸ਼ਰਮ ਆਉਂਦੀ ਹੈ। ਦੇਖੋ ਤੁਸੀਂ ਟੈਨਸ਼ਨ ਨਾ ਲਓ, ਮੈਨੂੰ ਸਕੂਲ ਦਾ ਨਾਂ ਦੱਸ ਦਿਓ, ਫੀਸ ਦੇ ਲਈ ਮੈਂ ਆਪੇ ਕਰ ਦੂੰਗੀ। ਮੈਡਮ ਜੀ ਮੈਨੂੰ ਭੀਖ ਦੀ ਲੋੜ ਨਹੀਂ, ਬਸ ਤੁਸੀਂ ਜਿਹੜੇ ਰੇਟ 'ਤੇ ਸਮਾਨ ਹੈ ਉਹ ਲੈ ਲਿਆ ਕਰੋ, ਮੈਂ ਆਪੇ ਬੱਚਿਆਂ ਦੀ ਸਕੂਲ ਫੀਸ ਜਮ੍ਹਾਂ ਕਰਾ ਦਿਆ ਕਰਾਂਗਾ। ਆਹੋ 5-5 ਰੁਪਏ ਪਿੱਛੇ ਕਾਂਵਾਂ ਰੋਲੀ ਪਾ ਕੇ ਬਹਿ ਜਾਂਦੀਆਂ ਉਹ। ਮੈਂ ਕੋਈ ਨਹੀਂ ਪਾਉਂਦੀ। ਹਾਂ ਤਾਂ ਮੈਂ ਵੀ ਭੁੱਕੀ ਨਹੀਂ ਖਾਂਦਾ। ਉਹ ਭਾਈ ਤੁਸੀਂ ਕਿਉਂ ਰੋਲਾ ਪਾਇਆ, ਪਰੇ ਹੋ ਕੇ ਲੜ ਲਓ। ਸਾਰਾ ਮੂਡ ਖਰਾਬ ਕਰਤਾ ਨਮੂਨੇ ਜੀ ਨੇ, ਜੁਆਇਨਿੰਗ ਦਾ ਪਹਿਲਾ ਦਿਨ ਸੀ ਤੇ ਮੈਨੂੰ ਉਸ ਜਿਹਾ ਮੱਥੇ ਲੱਗ ਗਿਆ ਮੇਰੇ। ਉਹ ਮੈਡਮ ਜੀ, ਮੈਡਮ ਜੀ ਅਰਜਨ ਕੌਰ? ਆਹੋ ਕੀ ਚਾਹੀਦਾ? ਜੈਨ ਜਨਾਬ, ਮੈਂ ਹਵਲਦਾਰ ਅੰਬਰ ਸਿੰਘ ਤੁਹਾਨੂੰ ਰਿਸੀਵ ਕਰਨ ਆਇਆ ਸੀ। ਤੂੰ ਤੂੰ ਪਿਛਲੇ ਅੱਧੇ ਘੰਟੇ ਤੋਂ ਮੇਰੇ ਨਾਲ ਜ਼ਬਾਨ ਖਪਾਈ ਕਿਉਂ ਕਰ ਰਿਹਾ ਸੀ? ਹੈਂ? ਸੌਰੀ ਮੈਮ, ਤੁਹਾਨੂੰ ਪਹਿਚਾਨਣ 'ਚ ਨਾ ਗਲਤੀ ਹੋ ਗਈ। ਆਓ ਚੱਲੀਏ। ਚੱਲਦੇ ਹਾਂ ਕਿਉਂਕਿ ਆਪਾਂ ਪਹਿਲਾਂ ਹੀ ਲੇਟ ਹਾਂ। ਤੈਨੂੰ ਤਾਂ ਮੈਂ ਦੱਸਦੀ ਹਾਂ ਰਸਤੇ 'ਚ ਕਿ ਜਦ ਇੱਕ ਹਵਲਦਾਰ ASI ਨਾਲ ਪੰਗਾ ਲੈਂਦਾ ਨਾ ਤਾਂ ਉਹਦਾ ਕੀ ਨਤੀਜਾ ਹੁੰਦਾ। ਚੱਲ। ਹਾਏ ਹਾਏ ਤੇਜੀ, ਹੁਣ ਤੂੰ ਮੈਥੋਂ ਇੱਦਾਂ ਬਦਲੇ ਲਏਗਾ। ਤੇਜੀ ਨੀ, ਤੇਜਾ ਕਹਿਣਾ ਸੀ ਚਾਹ ਵਾਲਾ। ਮੈਡਮ ਜੀ ਉਹ ਤਾਂ ਨਾ ਤੇਜਾ ਹੈ, ਗਲਤੀ ਨਾਲ ਕਹਿ ਦਿੱਤਾ। ਲਓ ਆਈ ਗਿਆ ਤੇਜਾ, ਸ਼ੈਤਾਨ ਨੂੰ ਯਾਦ ਕੀਤਾ ਤੇ ਸ਼ੈਤਾਨ ਹਾਜ਼ਰ। ਬਾਈ ਤੇਜਾ ਤੂੰ ਬਹੁਤ ਬਦਲੇ ਲੈਂਦਾ ਮੈਡਮ ਜੀ ਤੋਂ। ਬਦਲਾ ਜੀ, ਸਤਿ ਸ਼੍ਰੀ ਅਕਾਲ ਜੀ। ਤੈਨੂੰ ਨਹੀਂ ਪਤਾ ਤੂੰ ਜਾ। ਸੌਰੀ ਮੈਮ ਜੀ, ਤੁਹਾਨੂੰ ਬੋਦਰ ਕੀਤਾ ਜੀ। ਕੋਈ ਗੱਲ ਨਹੀਂ,
मैम जी सॉरी सानू नहीं सी पता असी तो तुहाडे आउण दी खुशी च फुल्लां दी हिट सॉरी स्प्रे कीती सी तुहाडे फुल्लां दे चक्कर च ना मैडम दे फुल चुगे जाने सी चलो छड्डो इन्हां गल्लां नूं तुसी मैनूं पहलां 2 महीने पुरानियां फाइलां दिखाओ केसां दीआं पिछले 2 महीनियां दी फाइल दिखाओ मैडम नूं मुंशी दे टेबल ते कंप्यूटर क्यों नहीं हैगा जी ओ पाई अर्जी बस आउणी आ चोरी चकारी कतल ते हुंदा नहीं है जी तुहाडा इलाका केड़ा स्वर्ग है बस जी यही समझ लो भी असीं ते अपने एरिए नूं स्वर्ग ही बना के रखी दा है हाँ जी मुंशी जी खड़े खलोते की वेखते हो मैम जी लिए चाह पाओ मैं जी आप अपने हाथी थोड़े लिए चाह बनाई है मेरी चाह ना पायो क्यों जी मैं चाह उदो ही छड़ती सी जदो आप ट्रेनिंग ते सी आपा मतलब ऐसे छोटे मैडम अब हुन मैं ग्रीन टी पीनी है अच्छा जी ट्रेनिंग तो याद आया बिल्कुल तुसी उसे तरह ही ਅਸੀਂ ਇੱਥੇ ਥਾਣੇ ਦੀ ਇੰਸਪੈਕਸ਼ਨ ਕਰਨਾ ਹੈ ਪਰਸਨਲ ਇੰਸਪੈਕਸ਼ਨ ਨਹੀਂ ਰਜਨੀ ਜੀ ਮੈਡਮ ਚਲੋ ਪਹਿਲਾਂ ਦੇਖੀਏ ਥਾਣੇ ਦੀ ਸਾਫ਼ ਸਫਾਈ ਕਿੱਦਾਂ ਦੀ ਹੈ ਹਾਂਜੀ ਪਲੀਜ਼